ਸਾਨੂੰ ਸਿੱਧੇ ਰਸਤੇ ਪਾ ਦਿੱਤਾ। ਤੋ ਮੈਂ ਸ਼ੁਰੂ ਕਰਨ ਜਾ ਰਿਹਾ ਨਾਤੇ ਪਾਠ ਪੜ੍ਹੀਏ, ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਸਿਰ ਤੇ ਨਾਤੇ ਪਾਠ ਪੜ੍ਹਨਾ, ਉਸ ਤੋਂ ਬਾਅਦ ਕੁਛ ਨਵੇਂ ਕਲਾਮ ਕੁਛ ਪੁਰਾਣੇ ਕਲਾਮ ਨਾਲ ਹਾਜ਼ਰੀ ਲਾ ਕੇ ਤੇ ਮੈਂ ਤੁਹਾਨੂੰ ਬੁਲਾਈਏ। ਤੋ ਕਰੀਏ ਮਿਹਰਬਾਨੀ, ਇਜਾਜ਼ਤ ਮਿਲ ਗਈ ਹੈ, ਸ਼ੁਰੂ ਕਰਨ ਜਾ ਰਿਹਾ ਨਾਤੇ ਪਾਠ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ। ਰਹਿਮ ਕੇ ਕਾਬਿਲ ਹੂੰ ਮੈਂ
इंसाफ के काबिल नहीं। हर कितना गुरूर से गजब से बैठो, दरबार मोहम्मद है अदब से बैठो। रुख में रहमत का झूमर सजाए, रुख में रहमत का झूमर सजाए, रुख में रहमत का झूमर सजाए, रुख में रहमत का झूमर। Come on, 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 come on
Oh,
ਕੈਸਾ ਜੀ ਜਾਨ ਹੋ ਕੈਸਾ ਜੀ ਜਾਨ ਹੋ
ਸਾਰੀ ਉਮਰ ਬਣੀ ਹੈ ਸਾਡਾ ਦਿਨ ਸਾਡਾ ਸਾਡਾ ਬਣਾ ਮਾ 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 ਸਭ ਸਾਡੀ ਸਾਰੀ ਸੰਗਤ ਨੂੰ ਮੈਂ ਬੇਨਤੀ ਇਹੀ ਕਰ ਰਹਿੰਦਾ ਹਰ ਸਾਲ ਕਿ ਪੀਰੋ ਮੁਰਸ਼ਦ ਹੋਣਾ ਜ਼ਰੂਰੀ ਹੈ, ਗੁਰੂ ਹੋਣਾ ਜ਼ਰੂਰੀ ਹੈ। ਗੁਰੂ ਤੋਂ ਬਿਨਾਂ ਗੱਲ ਕਿੱਥੇ ਬਣਦੀ? ਜਿੰਨਾ ਮਰਜ਼ੀ ਭਟਕ ਲਈਏ ਆਖਰ ਮੰਜ਼ਿਲ ਮਿਲੇਗੀ ਤਾਂ ਮੁਰਸ਼ਦ ਦੇ ਨਾਲ। ਬੋਲੋ, ਪੰਜਾਬੀ ਦਾ ਕਲਾਮ ਪੇਸ਼ ਕਰਾਂ। ਤੈਨੂੰ ਕੌਣ ਲੰਘਾਵੇ ਪਾਰ ਬਿਨਾਂ ਗੁਰੂ ਆਪਣੇ ਬਿਨਾਂ ਗੁਰੂ। ਗੁਰੂ ਤੋਂ ਬਿਨਾਂ ਪਾਰ ਲੰਘਣਾ ਬੜਾ ਮੁਸ਼ਕਿਲ ਹੈ। ਛੋਟੀ ਜਿਹੀ ਗੱਲ ਜਿਸਦਾ ਅਰਥ ਵੱਡਾ, ਕਿਉਂਕਿ ਮੈਂ ਹਮੇਸ਼ਾ ਉਹੀ ਗੱਲ ਜੋ ਮੇਰੇ ਜ਼ਿਹਨ 'ਚ ਹੁੰਦੀ ਮੈਂ ਸਟੇਜ 'ਤੇ ਕਰ ਦਿੰਦਾ। ਇਹ ਜੋ ਸਾਡੇ ਨਾਲ ਤੀਸਰੇ ਨੰਬਰ 'ਤੇ ਪਹਿਲੇ ਨੰਬਰ 'ਤੇ ਬੈਠਾ ਇਨਸਾਨ, ਇਸਦੀ ਥੋੜ੍ਹੀ ਜਿਹੀ ਗੱਲ ਕਰਾਂ ਕਿ ਜਦੋਂ ਇਸਨੇ ਸਾਡੀ ਪਾਰਟੀ ਜੁਆਇਨ ਕੀਤੀ ਸੀ ਉਸ ਟਾਈਮ ਇਹ 24 ਘੰਟੇ ਸ਼ਰਾਬੀ ਰਹਿਣ ਵਾਲਾ ਬੰਦਾ ਸੀ। 24 ਘੰਟੇ ਗ੍ਰੀਸ ਤੋਂ ਆਇਆ ਸੀ, 8-10 ਸਾਲ ਲਾ ਕੇ ਪੈਸਾ ਕੋਲ ਸੀ, ਬਸ ਸ਼ਰਾਬ ਪੀ ਜਾਣੀ, ਇੱਧਰ ਉੱਧਰ ਘੁੰਮੀ ਜਾਣਾ। ਫਿਰ ਸਾਡਾ ਗਰੁੱਪ ਦੇਖਿਆ ਇਹਨਾਂ ਦੇ ਘਰ ਦੇ ਬਾਹਰ, ਸਾਡਾ ਪ੍ਰੋਗਰਾਮ ਸੀ, ਉਸ ਤੋਂ ਬਾਅਦ ਸਾਡਾ ਗਰੁੱਪ ਜੁਆਇਨ ਕਰ ਲਿਆ। ਹੌਲੀ ਹੌਲੀ ਅੰਦਰੋਂ ਲੰਘਣ ਲੱਗੀ, ਅੰਦਰਲੀ ਰੌਸ਼ਨੀ ਹੋਈ, ਹੌਲੀ ਹੌਲੀ ਜਾਂਚ ਆਈ ਜੀਵਨ ਨੂੰ, ਤਾਂ ਸਾਡੇ ਮੁਰਸ਼ਦ ਮਿਲ ਗਏ। ਚਲਦੀ ਜ਼ਿੰਦਗੀ ਜਦੋਂ ਸਹੀ ਰਸਤੇ ਆਉਂਦੀ, ਕੋਈ ਨਾ ਕੋਈ ਸਹੀ ਅੱਗੇ ਸਟੇਸ਼ਨ ਆਉਂਦਾ ਰਹਿੰਦਾ, ਪੀਰੋ ਮੁਰਸ਼ਦ ਮਿਲ ਗਿਆ। ਇਹਨਾਂ ਨੇ ਐਸਾ ਕਰਮ ਕੀਤਾ, ਐਸਾ ਕਰਮ ਕੀਤਾ ਕਿ ਹੁਣ ਕਿ ਕਈ ਬਿਮਾਰੀਆਂ ਜੋ ਬਹੁਤ ਭਿਅੰਕਰ ਬਿਮਾਰੀਆਂ ਹੁੰਦੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਲਾ ਇਲਾਜ, ਉਹਨਾਂ ਨੂੰ ਵੀ ਅਗਰ ਪੀਰੋ ਮੁਰਸ਼ਦ ਦਾ ਨਾਂ ਲੈ ਕੇ ਕੋਈ ਚੀਜ਼ ਬਣਾ ਕੇ ਦੇ ਦੇਵੇ ਤਾਂ ਅੱਜ ਉਹ ਅਸਰ ਹੋ ਰਹੀ ਹੈ। ਇਹ ਸਾਡੇ ਸਾਹਮਣੇ ਦੀ ਗੱਲ ਹੈ। ਹੁਣ ਸਾਡੇ ਇਲਾਕੇ ਵਿੱਚ ਜਦੋਂ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੈਂ ਇਹਨਾਂ ਨੂੰ ਕਹਿੰਦਾ ਵੀ ਉਹਨਾਂ ਕੋਲ ਜਾਓ, ਇਹਨਾਂ ਨੇ ਉਹ ਆਪਣਾ ਜੋ ਵੀ ਕਰਨਾ ਬਣਾ ਕੇ ਦੇ ਕੇ, ਤਾਂ ਉਹਨਾਂ ਦਾ ਨਾਂ ਲੈਣਾ ਆਪਣੇ ਪੀਰੋ ਮੁਰਸ਼ਦ ਦਾ, ਤਾਂ ਉਹ ਕੰਮ ਕਰ ਲਿਆ। ਇਹ ਦੇਖੋ ਕੈਸਾ ਕਮਾਲ ਹੈ, ਕਿਸ ਮੁਕਾਮ 'ਤੇ ਸੀ ਔਰ ਕਿਸ ਮੁਕਾਮ 'ਤੇ ਪਹੁੰਚ ਗਿਆ। ਇਹੀ ਚਾਹੀਦਾ ਸਾਨੂੰ, ਬਸ ਮੁਰਸ਼ਦ ਸਾਨੂੰ ਚਿੱਕੜ ਤੋਂ ਕੱਢ ਕੇ ਲਿਆ ਕੇ ਇੱਕ ਕਮਲ ਦੇ ਫੁੱਲ ਦੀ ਤਰ੍ਹਾਂ ਖਿੜਾ ਦਿੰਦਾ। ਇਸ ਕਰਕੇ ਲੋ ਕਲਮਾ
ਕਲਾਮ ਪੜ੍ਹਦੇ ਰਹੀਏ, ਗੁਰੂ ਵਾਲੇ ਹੋਈਏ, ਗੁਰੂ ਕੋਈ ਵੀ ਹੋਵੇ, ਕਿਸੇ ਵੀ ਇਜ਼ਮ ਨਾਲ ਜੁੜੇ ਹੋਵੇ, ਬਸ ਅਕੀਦੇ ਨਾਲ ਵਿਸ਼ਵਾਸ ਨਾਲ ਜੁੜੇ ਰਹੋ, ਫਲ ਬਣੇ ਰਹੀਏ। ਚਲੋ ਮੈਂ ਪੁੱਛਣਾ ਪੇਸ਼ ਕਰਾਂਗੇ, ਕੌਣ ਲਗਾਵੇ ਪਾਰ ਬਿਨਾਂ ਗੁਰੂ ਆਪਣੇ ਬਿਨਾਂ ਗੁਰੂ। ਤੋ ਬਾਬਾ ਜੀ ਸਿਰਫ ਕੁਛ ਬਾਤਾਂ ਐਸੀ ਹਨ ਜੋ ਆਪ ਸਾਫ ਕਰਨੀ ਹੈ। ਕੜੀ ਕੜੀ ਸੌ ਸੌ ਵਾਰ ਬਲਿਹਾਰੀ ਗੁਰ ਆਪਣੇ, ਕੜੀ ਕੜੀ ਸੌ ਸੌ ਵਾਰ ਜਿਨ ਮਾਨਸ ਦੇ ਦੇਵ ਟਕੀਏ, ਮਾਨਸ ਦੇ ਦੇਵ ਟਕੀਏ ਖਰਤ ਨਾ ਲਾਗੀ ਵਾਰ। ਗੁਰੂ ਬਾਜੋਂ ਕਿਤੇ ਢੋਈ ਨਾਹੀਂ, ਗੁਰੂ ਬਾਜੋਂ ਕਿਤੇ ਢੋਈ ਨਾਹੀਂ, ਬਾਹਰੋਂ ਫੜਦਾ ਕੋਈ ਨਾਹੀਂ, ਪਟਕਿਆ ਪਟਕਿਆ ਭਟਕ ਜਾਏਗਾ ਜੇ ਹਕੀਕਤ ਢੋਈ ਨਾਹੀਂ। ਜਿਉਣਾ ਜਗ ਤੇ ਕੁਫਰ ਹੋ ਜਾਂਦਾ ਜੇ ਰੂਹ ਮੁਰਸ਼ਦ ਵਿੱਚ ਖੋਈ ਨਾਹੀਂ। ਉਹ ਅੱਖ ਕਾਦਰ ਕਾਦੀ ਅੱਖੇ, ਉਹ ਅੱਖ ਕਾਦਰ ਕਾਦੀ ਅੱਖੇ ਜੋ ਮੁਰਸ਼ਦ ਲਈ ਰੋਈ ਨਾਹੀਂ। ਗੁਰਬਾਣੀ 'ਚ ਵੀ ਲਿਖਿਆ ਕਿ ਮੇਰਾ ਮਨ ਲੋਚੇ ਗੁਰੂ ਦਰਸ਼ਨ ਤਾਈਂ। ਸਾਡੇ ਜੋ ਗੁਰੂ ਸਾਹਿਬਾਨ ਸੀ ਉਹ ਵੀ ਆਪਣੇ ਗੁਰੂਆਂ ਲਈ ਤੜਪੇ ਨੇ ਕਿ ਬਿਲ ਪਕੜੇ ਚਾਹ ਤਰੱਕੀ ਨਹੀਂ, ਔਰ ਹੋਣਾ ਗੁਰੂ ਵਾਲਾ ਚਾਹੀਦਾ। ਇਹ ਗੱਲ ਜ਼ਰੂਰੀ ਹੈ, ਇਜ਼ਮ ਕੋਈ ਵੀ ਹੋਵੇ। ਐਨ ਬਿਨ ਇਸ਼ਕ, ਇਸ਼ਕ ਬਿਨ ਆਸ਼ਕ, ਬਿਨ ਆਸ਼ਕ ਤੇ ਇਸ਼ਕ ਨਹੀਂ, ਕਾਫ ਬਿਨ ਕਦਰ, ਕਦਰ ਬਿਨ ਕਾਦਰ, ਬਿਨ ਕਾਦਰ ਤੇ ਕਦਰ ਨਹੀਂ। ਤਾਂ ਬੜਾ ਕੰਪਲੀਕੇਟਡ ਸਿਲਸਿਲਾ। ਲਾਸਟ ਦੋ ਲੈਣਾ ਸੁਣ ਵਾਲੀਆਂ ਕਿ ਗੁਰਦੱਸਾਂ ਗੁਰ ਸਿੱਖ ਲੈ ਗੁਰ ਤੋਂ, ਗੁਰਦੱਸਾਂ ਗੁਰ ਸਿੱਖ ਲੈ ਗੁਰ ਤੋਂ, ਗੁਰ ਬਿਨਾਂ ਗੁਰ ਨਹੀਂ ਲੱਭਦਾ। ਗੁਰਦੱਸਾਂ ਕਿ ਨੁਕਤਾ ਦੱਸਾਂ, ਗੁਰ ਸਿੱਖ ਲੈ ਗੁਰ ਤੋਂ, ਨੁਕਤਾ ਸਿੱਖ ਲੈ ਗੁਰੂ ਤੋਂ, ਗੁਰ ਬਿਨਾਂ ਗੁਰ ਨਹੀਂ ਲੱਭਦਾ, ਗੁਰੂ ਤੋਂ ਬਿਨਾਂ ਨੁਕਤਾ ਨਹੀਂ ਲੱਭਣਾ। ਗੁਰਦੱਸਾਂ ਗੁਰ ਸਿੱਖ ਲੈ ਗੁਰ ਤੋਂ, ਗੁਰ ਬਿਨਾਂ ਗੁਰ ਨਹੀਂ ਲੱਭਦਾ। ਜੇ ਗੁਰ ਗੁਰ ਨਾਲ ਗੁਰ ਸਮਝ ਆਵੇ ਤਾਂ ਗੁਰ ਗੁਰ ਵਿੱਚ ਲੱਗਦਾ। ਗੁਰਦੱਸਾਂ ਗੁਰ ਸਿੱਖ ਲੈ ਗੁਰ ਤੋਂ, ਗੁਰ ਬਿਨਾਂ ਗੁਰ ਨਹੀਂ ਲੱਭਦਾ। ਜੇ ਗੁਰ ਗੁਰ ਨਾਲ ਗੁਰ ਸਮਝ ਆਵੇ ਤਾਂ ਗੁਰ ਗੁਰ ਵਿੱਚ ਲੱਗਦਾ। ਤੈਨੂੰ ਕਹਾਉਣ ਲਗਾਵੇ ਪਾਰ ਬਿਨਾਂ ਗੁਰ ਆਪਣੇ, ਬਿਨਾਂ ਗੁਰ ਆਪਣੇ ਆਪਣੇ ਬਿਨਾਂ ਗੁਰੂ ਆਪਣੇ।
ਆਪਣੇ ਬਿਨਾਂ ਗੁਰੂ ਗੁਰੂ ਚਾਰ ਚਫੇਰੇ ਦੇਖੀ
Thank you.
ਮੰਜ਼ਲ ਬਖਸੂ ਮੇਰਾ ਹਰ ਸੇ ਮੇਰਾ ਹਰੀ
ਤੁਮਲੇ ਹਮਲੇ ਖੁਦਾ ਤੇ ਹਮੇ ਅਲੀ ਮਲੇ ਤੁਮਲੇ ਖਾਮਾਰੇ ਖੁਦਾ ਤੇ ਹਮੇ ਖੁਦਾ ਕੋ ਢੁੰਡਤ ਮੋਦੀ ਅਲੀ ਕੇ ਹੱਥ ਤੇ ਲਾਹਤ ਹਲੀ ਅਲੀ ਦੀ ਮੋਹਰੀ ਅਲੀ ਅਲੀ ਹੁਲਾ
ਸਾਢੇ 10 ਵਜੇ ਤੱਕ ਸਾਡਾ ਟਾਈਮ ਸਾਨੂੰ ਸੇਵਾਦਾਰਾਂ ਨੇ ਦਿੱਤਾ ਸੀ, ਤੋ ਸਾਡਾ ਟਾਈਮ ਮੇਰਾ ਖਿਆਲ ਕਿ ਹਾਜ਼ਰੀ ਜਿੰਨੀ ਵੀ ਹੈ ਉਸਨੂੰ ਕਬੂਲ ਕਰਨਾ। ਕੋਈ ਸਵਰ ਕੋਈ ਲਫਾਸ ਅੱਗੇ ਪਿੱਛੇ ਕੋਲ ਹੋ ਗਿਆ ਤਾਂ ਬਹੁਤ ਸ਼ੁਕਰੀਆ ਨਹੀਂ, ਕਿਉਂਕਿ ਅਸੀਂ ਵੀ ਰੋਪੜ ਜਾਣਾ ਇਸ ਕਰਕੇ ਸਾਨੂੰ ਵੀ ਥੋੜ੍ਹੀ ਦਿੱਤੀ। ਤੋ ਨਕਲਾਂ ਦਾ ਪ੍ਰੋਗਰਾਮ ਬਿਲਕੁਲ ਤਿਆਰ ਹੈ, ਤੋ ਸਾਰੀ ਸਾਨੂੰ ਬੇਨਤੀ ਦੋਸਤਾਂ ਦੇ ਇੱਥੇ ਜਾਣਾ ਮਿਹਰਬਾਨੀ। ਇੱਕ ਵਾਰ ਤਾੜੀ ਮੱਤ ਦਿਓ ਬਾਈ। ਅਤੇ ਸਰ ਸਾਡੇ ਵੀਰ ਕੁਲਦੀਪ ਕਾਦਰ ਜੀ ਬਹੁਤ ਹੀ ਹਰ ਸਾਲ ਬਹੁਤ ਹੀ ਵਧੀਆ ਸੇਵਾ ਨਿਭਾਉਂਦੇ ਨੇ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਪੂਰੀ ਪਾਰਟੀ ਦਾ। ਪਰ ਮੈਂ ਪ੍ਰਬੰਧਕ ਨੂੰ ਬੇਨਤੀ ਕਰਾਂਗੇ ਬਾਬਾ ਜੀ ਨੂੰ ਵੀ ਸਨਮਾਨਿਤ ਕੀਤਾ ਜਾਣਾ, ਇੱਥੇ ਹੀ ਖੜ ਜਾਓ ਤੁਸੀਂ ਵੀ। ਹਾਂਜੀ ਬਾਬਾ ਜੀ ਵੀ ਸਨਮਾਨ ਦਿਓ ਜੀ। ਆ ਜਾਓ ਬਾਬਾ ਜੀ ਅੱਗੇ ਨੂੰ। ਅਤੇ ਬਾਬਾ ਜੀ ਦਾ ਵੀ ਸਾਡੇ 'ਤੇ ਬਹੁਤ ਹੱਥ ਹੈ, ਕਿਉਂਕਿ ਕਈ ਗੱਲਾਂ ਅਣਜਾਣ ਬੱਚੇ ਆ ਸਾਨੂੰ ਨਹੀਂ ਪਤਾ, ਉਹ ਸਾਨੂੰ ਇਹ ਰਸਤਾ ਦਿਖਾਉਂਦੇ ਨੇ, ਇਸ ਲਾਈਨ ਬਾਰੇ ਸਾਨੂੰ ਨਹੀਂ ਪਤਾ। ਸੋ ਇੱਕ ਵਾਰ ਤਾੜੀ ਮਾਰਦੇ ਬਾਬਾ ਜੀ ਦੇ ਨਾਂ 'ਤੇ ਵੀ। ਪਰ ਹੁਣ ਤੁਹਾਡੇ ਰੂਬਰੂ ਹੋਣ ਜਾ ਰਹੇ ਨੇ ਸਨੀ ਨਿਕਾਲ ਚਾਲਪੁਰ ਵਾਲੇ, ਬਿਲਕੁਲ ਤਿਆਰ ਨੇ ਜੀ। ਸਾਰੀ ਸੰਗਤ ਨੇ ਇਸ ਤਰ੍ਹਾਂ ਹੀ ਪਿਆਰ ਦਾ ਸਬੂਤ ਦੇਣਾ। ਆਈਆਂ ਹੋਈਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਦੂਰੋਂ ਨੇੜੇ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬਾਬਾ ਹਾਜੀ ਸਾਹਿਬ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨ ਔਰ ਸਭ ਨੂੰ ਵੱਧ ਤੋਂ ਵੱਧ ਸੇਵਾ ਕਰਨ ਦਾ ਬਲ ਬਖਸ਼ਣ। ਸੇਵਾਦਾਰਾਂ ਨੂੰ ਬੇਨਤੀ ਹੈ ਕਿ ਲੰਗਰ ਛਕਾਉਣ ਤੋਂ ਬਾਅਦ ਸੇਵਾਦਾਰਾਂ ਨੇ ਆਪਣੀ ਪੂਰੀ ਡਿਊਟੀ ਜਿਹੜੀ ਸਵੇਰ ਦੀ ਤਿਆਰੀ ਆ ਹੋਣੀ ਕਰਕੇ ਜਾਣੀ ਆ। ਸਾਰੇ ਸੇਵਾਦਾਰਾਂ ਨੂੰ ਬੇਨਤੀ ਆ ਕਿ ਜੋ ਕੱਲ੍ਹ ਸਵੇਰ ਦੀ ਤਿਆਰੀ ਆ ਉਹ ਹੋਣੀ ਆਪਾਂ ਸਾਰਿਆਂ ਨੇ ਰਲ ਕੇ ਕਰਕੇ ਜਾਣੀ ਆ। ਸੋ ਪ੍ਰੋਗਰਾਮ ਵੀ ਦੇਖੋ ਔਰ ਆਪਣੀ ਡਿਊਟੀ ਵੀ ਕਰੋ। ਲਓ ਜੀ ਸਨੀ ਚਾਲਪੁਰ, ਆਪਣੇ ਜੀਵਨ ਨੂੰ ਪਵਿੱਤਰ ਕਰੋ। ਜਕਾਰਾ ਹਾਜੀ ਸਾਹਿਬ ਸਰਕਾਰਾਂ ਦਾ ਬੋਲ ਸਾਚੇ ਦਰਬਾਰ ਕੀ ਜੈ। ਜਕਾਰਾ ਤੇ ਆਪਣੇ ਗੁਰੂ ਮਹਾਰਾਜ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ। ਤੋ ਹਾਜ਼ਰੀ ਹੈ ਸਾਡੇ ਤੋਂ ਪਹਿਲਾਂ ਕੁਲਦੀਪ ਕਾਦਰ ਜੀ, ਲੁਧਿਆਣੇ ਵਾਲੇ ਦਾਤਾ ਜੀ ਦੇ ਦਰਬਾਰ 'ਤੇ ਹਾਜ਼ਰੀ ਲਗਾ ਕੇ ਗਏ ਨੇ। ਅਤੇ ਹੁਣ ਤੁਹਾਡੀ ਸੇਵਾ ਵਿੱਚ ਸਨੀ ਨਿਕਾਲ ਪਾਰਟੀ ਤੈਨੂੰ ਚਾਰ ਪੌਰ ਮਜ਼ਦੂਰ ਦਰਸ਼ਨ ਕਰ ਆਪਣੀ ਪਾਰਟੀ ਸਮੇਤ ਆਪ ਜੀ ਦੇ ਨਗਰ ਵਿੱਚ ਹਾਜ਼ਰ ਹੋਇਆ। ਜਿੰਨੀਆਂ ਹੈਲੋ
ਸਾਰੀ ਪੂਰੀ ਹੋਣ ਵਾਲੀ ਆ ਅਸੀਂ ਤਾਂ ਜਿਹੜਾ ਦੂਜੇ ਤੋਰੀ ਦੇ ਡਾਂਸ ਦੇ ਦਿੰਦੇ ਹਾਂ ਕੋਈ ਇੱਕ ਡਾਂਸ ਹੋ ਰਿਹਾ ਮਿਸ ਫਰੀਦ ਫਰੋਮ ਬਲਾਚੌਰ ਸਾਰਿਆਂ ਨੂੰ ਦੇਖਦੇ ਬੰਗਾਲ ਤੋਂ ਮਿਸ ਪੂਜਾ ਹਾਂਜੀ ਮਿਸ ਪੂਜਾ ਸਿਹਰਾ
ਸਰਕਾਰੀ ਨਾਤੇ
ਹਾਂਜੀ ਜਾਨਤ ਜੀ ਡੇਰੇ ਲਾ ਕੇ ਨਹੀਂ ਬਹਿਣਾ ਪੁੱਤਰ ਮੈਂ ਲੱਜ ਪਾਲਾ ਬਾਜੋ ਮੈਂ ਲੱਜ ਪਾਲਾ ਬਾਜੋ ਦੱਸ ਤੋਂ
ਜੀ ਤਾੜੀ ਲਗਾ ਦੇ ਬਿੱਲੂ ਮਿੱਟੀ ਦੇ ਵਿੱਚ ਦੇ ਨਾਂ ਦੀ ਮੇਰ ਬਣ ਸ਼ੁਕਰੀਆ ਜੀ ਸੋਫੀ ਇੱਕ ਮੈਂ ਹੋਰ ਜੀ ਸਪੈਸ਼ਲੀ ਬਿੱਲੂ ਦੀ ਵਿੱਚ ਦੇ ਨਾਂ ਦੀ ਦਵਿੰਦਰ ਜੀ ਨੇਵਲ ਵਾਲੇ ਨਾਂ ਦੀ ਮੇਰ ਬਣ ਜੀ ਸੁਪਿੰਦਰ ਮੈਂ ਹੋਰ ਜੀ ਜੱਗੀ ਦਵੇਈ ਵਾਲੇ ਦੇ ਨਾਂ ਤੇ ਜੱਗੀ ਦਵੇਈ ਵਾਲੇ ਦੇ ਨਾਂ ਤੇ ਤੇ ਲਾਡੀ ਦਵੇਈ ਵਾਲੇ ਦੇ ਨਾਂ ਦੀ ਮੇਰ ਬਣ ਸ਼ੁਕਰੀਆ ਜੀ ਸੁਪਿੰਦਰ ਮੈਂ ਹੋਰ ਜੀ ਸਾਡੇ ਵੀਰ ਜੀ ਵੱਲੋਂ ਬਾਬਾ ਜੀ ਦੀ ਨਦੀ ਸੱਚੀ ਸਰਕਾਰ ਦੇ ਨਦੀ ਵੀਰ ਸੁਖੀ ਜੀ ਸੁਪੀਰ ਮੈਂ ਹੋ ਜੀ ਪੀਸ਼ੂ ਪੱਟੀ ਵਾਜਾ ਦੇ ਪੀਸ਼ੂ ਪੱਟੀ ਵਾਜੇ ਨਾਤੀ ਵੀਰ ਵਿਸ਼ ਵਿੱਚ ਸੁਪੀਰ ਮੈਂ ਹੋ ਜੀ ਮੇਰੇ ਮਨ ਬੱਚੇ ਦੇ ਨਾਤੀ ਬਾਬਾ ਜੀ ਦੀ ਨਦੀ ਸੱਚੀ ਸਰਕਾਰ ਦੇ ਨਦੀ ਵੀਰ ਵਿਸ਼ ਸੁਖੀਆ ਜੀ ਆ
ਜੀ ਤਾੜੀਆਂ ਲਗਾ ਦੇ ਜੀ ਤੁਹਾਡੇ ਸਾਰੇ ਗੁਰੂਆਂ ਤੋਂ ਮੱਲ ਲੈ ਕੇ ਉਹਨਾਂ ਦੇ ਨਾਲ ਦੀ ਬੀਐਨਮਾਈ ਜੀ ਪਲੱਸ 1 ਦੇ ਮੁੰਡੇ ਦੇ ਨਾਲ ਤੇ ਹਾਂਜੀ ਹੋਰ ਬੀਐਨਮਾਈ ਜੀ ਕਟਾਪਾ ਸਿੱਧੂ ਦੇ ਨਾਲ ਦੀ ਹੋਰ ਬੀਐਨਮਾਈ ਜੀ ਜੂਲੀ ਹੋਰ ਬੈਂਕਮਾਈ ਜੀ ਅਜੇ ਤੋਂ ਬੁੱਟੇ ਦੇ ਨਾਤੀ ਹੋਰ ਬੈਂਕਮਾਈ ਜੀ ਕਾਕਾ ਬੈਂਕ ਵਾਲੇ ਦੇ ਨਾਤੀ ਬੈਂਕਮਾਈ ਜੀ ਕਾਕਾ ਬਾਈ ਬੈਂਡ ਵਾਲੇ ਦੇ ਨਾਤੀ ਬਹੁਤ ਸਾਰੇ ਬੈਂਕਮਾਈ ਜੀ ਪੀਰਾਂ ਦੇ ਨਾਤੀ
ਬਾਬਾ ਜੀ ਦੇ ਨਾਤੀ, ਸੱਚੀਆਂ ਸਰਕਾਰਾਂ ਦੇ ਨਾਤੀ, ਪਾਰਟੀ ਦੀ ਨਗਰ ਦੇ ਨਾਤੀ, ਸਾਰੇ ਨਗਰ ਦੇ ਨਾਤੀ, ਬਸਤਾ ਵਾਲੀਆਂ ਦੇ ਨਾਤੀ, ਸਿਰ ਕਿਰਪਾ ਸਪੈਸ਼ਲੀ ਜੀ, ਕੇਵਲ ਸੁਖਨੇ ਜੀ, ਸੁਖਵਿੰਦਰ ਮਹਿਵਾਲ ਜੀ, ਤੁਹਾਡੇ ਨਾਂ ਦਾ ਤੁਹਾਡੇ ਨਾਂ ਦਾ ਤਾਈ ਸਭੋ ਸਭਰਾਈ, ਹੇ ਤਾਈ ਭਾਲਟੇ ਵਾਲਿਆਂ ਦੀ ਭਰਜਾਈ, ਤਾਈ ਸਭੋ ਸਭਰਾਈ ਤੇਰੇ ਨਾਂ ਦਾ ਤੇਰੇ ਨਾਂ ਦਾ ਮੈਨੂੰ ਤਾਂ ਭਾਬੀ ਨੂੰ ਰੱਖ ਲਈ ਆ, ਬਾਕੀ 15-20 ਨਕਲੀਆਂ ਚੱਕ ਲਈ ਪਰਿਵਾਰ, ਉਹਨੂੰ ਤੂੰ ਚੁਕਾਉਂਦਾ ਫਿਰਦਾ ਬਰਾਤ ਆ ਗਈ ਬਰਾਤ ਲਾਣੀ ਕਿੱਥੇ ਬਰਾਤ ਕਹਿੰਦੀ ਢੇਰਾ ਤੇ ਲਾਣੀ ਆ, ਅਸੀਂ ਬਰਾਤ ਲੈ ਕੇ ਆਏ ਸਾਲੀਏ ਬਲੋਲਰ ਚੱਕੇ ਹੋਵੇ ਢੇਰਾ ਤੇ ਫਿਰਦੀ ਮੁੰਡਾ ਵਿਆਹਣਾ ਮੁੰਡਾ ਮੇਰੀ ਗੱਲ ਸੁਣ, ਤੂੰ ਪਤਾ ਕੀ ਕਹੀ, ਤੂੰ ਭਾਬੀ ਸਿਆਣੀ ਲੈ ਕੇ ਆਈ ਹੋਣੀ ਆ, ਹਾਂ ਮੇਰੀ ਸੁਣ ਗੱਲ, ਤੂੰ ਪਤਾ ਉਹਨਾਂ ਨੂੰ ਕੀ ਕਹੀ, ਕੀ ਕਹਾਂ, ਭਾਬੀ ਆਊਗੀ
ਪਾਪੀ ਆ ਕੇ ਦੋ। ਅੱਛਾ ਪਾਪੀ ਲਾ ਕੇ ਟਰੱਕ ਨੂੰ ਜਿੱਦਾ ਪਾਪੀ ਆਉਗੀ ਪਾਪੀ ਆ ਕੇ ਦੋਗੀ ਲੌਂਗ ਲੈ ਜੀ। ਹਾਂ ਚੱਲ ਮੈਂ ਕਹਿ ਦੂੰਗਾ। ਚੱਲ ਠੀਕ ਹੈ ਪਾਪੀ ਨੂੰ ਲਾ ਗਿਆ ਟਰੱਕ ਜਿੰਦਾ ਮਾਰ ਜਿਹੜਾ ਟਰੱਕ ਨੂੰ ਲਾ ਗਈ ਪਾਪੀ ਜਿੰਦਾ ਪਾਪੀ ਨੂੰ ਲਾ ਗਿਆ ਟਰੱਕ ਜਿੰਦਾ ਬੇ ਪਾਪੀ ਲਾ ਗਈ ਟਰੱਕ ਨੂੰ ਜਿੰਦਾ ਪਾਪੀ ਆਰਾਮ ਦੀ ਟਰੱਕ ਹੀ ਲੈ ਗਈ ਆ। ਨੀ ਮੇਰੀ ਗੱਲ ਸੁਣ ਬਰਾਤ ਆ ਗਈ ਹੈ ਚੱਲ ਬਰਾਤ ਦੇਖ ਕੇ ਆਈਏ ਜੀਜਾ ਦੇਖ ਕੇ ਆਉਂਦੇ ਕਿੱਦਾਂ ਦਾ ਹੈ। ਚਲੋ 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 ਮੈਂ ਵੀ ਤਿਆਰ ਵੀ ਆਊਂਗਾ ਸਾਰੀਆਂ ਲਖਣਿਆਰ ਸਾਰੀਆਂ ਸਾਰੇ ਦਾ ਮੋਹਰ ਨੂੰ ਹੁੰਦਾ ਜਿਹੜੀਆਂ ਮੁੰਡੇ ਭੰਗੜਾ ਪਾਉਣ ਨੂੰ ਆਇਆ ਤੇ ਬੁੜੇ ਮਿਲਣੀਆਂ ਨੂੰ ਆਇਆ ਨੀ ਆ ਕੁੱਕੜ ਛਿੱਟੀ ਕਾਹਦੇ ਵਾਸਤੇ ਆ ਗਈ ਇਹ ਕੁੱਕੜ ਛਿੱਟੀ ਆਈ ਆ ਦਾ ਤਾਂ ਕਿਤੇ ਕਿਤੇ ਚਲਾਉਣੇ ਲਾਉਂਦੇ ਆ ਮੇਰਾ ਗੋਹਾ ਬੰਦ ਕਰਨਾ ਜੋੜੋ ਕਿੱਦਾਂ ਮੈਂ ਤੇਰੀ ਸਾਲੀ ਮੈਂ ਤੁਹਾਡਾ ਛੋਟਾ ਸਾਲਾ ਤੂੰ ਸਾਡਾ ਜੀਜਾ ਪਿੱਛੇ ਕਰੂੰਗਾ ਕਾਲਾ ਮਾਲਾ ਮੇਰੀ ਸੁਣ ਗੱਲ ਜਿੰਨੇ ਕੋਲ ਲੌਂਗ ਲੈਚੀਆਂ ਨਹੀਂ ਹੈ ਤਾਂ ਸਾਡੇ ਪਿੰਡ ਵਿੱਚ ਇੱਕ ਹੋਰ ਆਵਾਜ਼ ਕਾਹਦਾ ਵੀ ਮਰ ਜਾਣੀਆਂ ਜੀਜਾ ਤੇ ਸਾਰੀ ਇੱਕ ਦੂਜੇ ਨੂੰ ਸੱਸ ਪਾਉਂਦੇ ਨੇ ਚਲ ਪਾਓ 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 ਪਹਿਲੇ ਤੂੰ ਪਾ ਪਹਿਲੇ ਤੂੰ ਪਾ ਪਹਿਲੇ ਤੂੰ ਪਾ ਤੂੰ ਪਾ ਪਹਿਲੇ ਤੂੰ ਪਾ ਠੀਕ ਹੈ ਤੰਗ ਹੋ ਜਾਣਾ ਛੱਜ ਪਰਾ ਕੇ ਆਈਏ ਜਾਈਏ ਛੱਜ ਪਰਾ ਕੇ ਠੂਠੀ ਛੱਜ ਪਰਾ ਕੇ ਆਈਏ ਜਾਈਏ ਛੱਜਦੇ ਅੱਗੇ ਸੋਹਰਾ ਫੁੱਲ ਗੁਲਾਬ ਦਾ ਪਿਸਤਾ ਚੱਬੇ ਦੀ ਤੂੰ ਤਾਂ ਸਾਰੀਏ ਬਾਗਾ ਚ ਵੜ ਗਈ ਬੇ ਮਰ ਜਾਣੇ ਮੈਂ ਕੀਰਤਪੁਰ ਸਾਹਿਬ ਰਹਿੰਦੀ ਹਾਂ ਬਾਗਾ ਚ ਹੀ ਰਹਿੰਦੀ ਹਾਂ ਫੜ ਕੇ ਤੇ ਨਹਿਰ ਤੂੰ ਲਿਆਉਂਦੀ ਆ ਜੀ
ਬਿਮਾਰੀ ਪੈਣ ਹੋਵੇ ਤਾਂ ਮੇਰੀ ਸ਼ਾਨ ਦਾ ਜਵਾਬ ਦੇ ਕਹਿ ਸ਼ਾਨ ਮਰਾ ਕੇ ਆਵਾਂ ਆਵਾਂ ਮੈਂ ਕਿ ਸ਼ਾਨ ਮਰਾ ਕੇ ਆਵਾਂ ਜਾਵਾਂ ਜਿੱਦਾਂ ਮੈਂ ਕਰੂੰਗਾ ਕਰੂੰਗੀ ਹਾਂ ਐਡਾ ਖੜ ਮੇਰੇ ਵਾਂਗੂ ਐਡਾ ਲਿਖਾੜ ਕੇ ਕਹਿ ਸ਼ਾਨ ਮਰਾ ਕੇ ਆਵਾਂ ਸ਼ਾਨ ਮਰਾ ਕੇ ਮਾੜੀ ਜੇ ਹਿਲ ਜਾਂ ਸਾਲੀਏ ਸਰੀਆ ਖਾਤਾ ਮੇਰੀ ਸ਼ਾਨ ਜਵਾਬ ਦੇ ਲੈ ਜਵਾਬ ਘੜਿਆ ਪਿਆ ਮੇਰੇ ਸ਼ਾਨ ਭਰਾ ਕੇ ਆਈਏ ਜਾਈਏ ਸ਼ਾਨ ਭਰਾ ਕੇ ਗੋਪੀ ਸ਼ਾਨ ਭਰਾ ਕੇ ਆਈਏ ਸ਼ਾਨ ਦੇ ਅੱਗੇ ਗੋਪੀ ਤੇਰੀ ਮਾਂ ਦਾ ਖਸਮ ਕਿੰਨਾ ਪਾਲਟੇ ਪਿੰਡ ਦਾ ਤੋਂ ਕਿਹੜੇ ਪਿੰਡ ਦਾ ਪਾਲਟਾ ਤੇਰੀ ਮਾਂ ਦਾ ਯਾਰ ਪਾਲਟਾ ਪਾਲਟਾ ਲਾੜੀ ਦੀ ਮਾਂ ਪੂਤਲੀ ਲੋਕਾਂ ਦੇ ਕੰਧਾਂ ਕੋਟ ਟੱਪਣ ਆਪਣੀ ਮਾਂ ਦਾ ਸਾਫ਼ ਲੋਕਾਂ ਦੇ ਕੰਧਾਂ ਕੋਟ ਟੱਪਦੀ ਮੇਰੀ ਗੱਲ ਸੁਣ ਲਾ ਮੈਂ ਵੀ ਉਸੇ ਜਿਹੜੇ ਦਾ ਪੁੱਤ ਵਾ ਅੱਛਾ ਜੇ ਚੁੰਬੜ ਗਿਆ ਸਾਲੀਏ ਕੀਰਤਪੁਰ ਜਾ ਕੇ ਵੀ ਨਹੀਂ ਲੈਣਾ ਮੇਰੀ ਗੱਲ ਸੁਣ ਲਾ ਹਾਂਜੀ ਮੇਰਾ ਟਪੂ ਟਪੂ ਨੀ ਵਾਲੀ ਗੱਲ ਨੀ ਕੁੜੀ ਹੈਗੀ ਤੁਹਾਡੀ ਬੋਟੀ ਜਿਹੜੀ ਬੋਟੀ ਮੇਰੀ ਹਾਂ ਕਿੱਥੇ ਆ ਤੇ ਮਰ ਜਾਣੀ ਅੰਦਰ ਤਿਆਰ ਹੁੰਦੀ ਪਈ ਤਿਆਰ ਹੁੰਦੀ ਪਈ ਆ ਖੜਾਕਾ ਖੜੂਕਾ ਦਾ ਹੁੰਦਾ ਨੀ ਘੋੜੀ ਆ ਗਏ ਘੋੜੀ ਹਾਂ ਚੜ ਜਾ ਫੜ ਲੈ
ਹੁਣ ਕਿੱਥੇ ਨੀ ਜਾਣਾ ਪਾਪੀ ਪਾਪੀ ਘੋੜੀ ਮਸੀ ਫੜੀ ਆ ਇਹਨੇ ਤਾਂ ਡਾਂਸਰ ਮਾਰ ਦੇਣਾ ਸੀ ਘੋੜੀ ਨੇ ਬੋਟੀ ਪਾਤੀ ਕੁੜੀ ਪਾਤੀ ਹੈ ਚੈੱਕ ਕਰ ਲੇਂਗੇ ਕਰ ਲੈ ਪਤਾ ਗੱਲ ਕੀ ਹੈ ਯਾਰ ਮੇਰੀ ਸੁਣ ਗੱਲ ਆ ਬੋਟੀ ਆ ਹੋਰ ਕੀ ਆ ਤੂੰ ਮਗਰ ਸਿਲੰਡਰ ਹੀ ਪਾਤਾ ਪੰਚਾਇਤ ਵਾਲੇ ਤੋਂ ਵੀ ਸਾਰੇ ਤੋਂ ਸ਼ਗਨ ਪਵਾ ਕੇ ਸਾਰੇ ਜੋਤੀ ਦੇ ਨਾਲ ਬੜੇ ਤੇਰੀ ਇੱਕ ਪਤੀ ਦੇ ਨਾਲ ਪਿਆਰ ਰੱਖੀ ਅੱਜ ਦੀ ਦਿਹਾੜੀ ਰੱਖ ਬੇਲੀ ਨਿਭਾਰਾ ਸਰਕਾਰ ਬਣਾ ਕੇ ਮੇਰੇ
ਪਲਾਨੀ ਤੇਰਾ ਭਾਜੀ ਇਹਨੂੰ ਜੱਫੀ ਪਾ ਕੇ ਮਿਲ ਲਾ ਮਿਲ ਲਾ ਕਹਿੰਦੇ ਮਿਲ ਲਾ ਯਾਰ ਤੂੰ ਤਾਂ ਸੰਦੇ ਗਿਆ ਕੱਛਾ ਜਿੱਦਾਂ ਪਾਇਆ ਟੈਂਟ ਜਿੱਦਾਂ ਮੈਂ ਕੜੀ ਨਾ ਦੇ ਰੋਲੀ ਦੀ ਪਾਇਆ ਆਹ ਕਾਲੀ ਤੇ ਰਾਮ ਚਾਚੀ ਜਗਤ ਗੁਰਵਾਰੇ ਦੇ ਨਾਤੀ ਮੀਰ ਵਸ਼ਕਰੀ ਜੀ ਸੁਬੀਰ ਮਹਿਰ ਜੀ ਸੁਬੀਰ ਮਹਿਰ ਜੀ ਸੱਚੀ ਸਰਕਾਰ ਰਾਜਾ ਸਾਹਿਬ ਮਜਾਰੇ ਵਾਲੀ ਸਰਕਾਰ ਦੇ ਨਾਤੀ ਰਾਜਾ ਸਾਹਿਬ ਮਜਾਰੇ ਵਾਲੀ ਸਰਕਾਰ ਦੇ ਨਾਤੀ ਸੁਬੀਰ ਮਹਿਰ ਜੀ ਸਾਡੇ ਪ੍ਰਵੀਨ ਬਾਟਾ ਜੀ ਉਹਦੇ ਪਰਿਵਾਰ ਵੱਲੋਂ ਪਾਰਟੀ ਦੀ ਪੰਚਾਇਤ ਦੇ ਨਾਤੀ ਸੱਚੀਆਂ ਸਰਕਾਰ ਦੇ ਨਾਤੀ ਪੰਜ ਪੀਰ ਸਰਕਾਰ ਦੇ ਨਾਤੀ ਮੀਰ ਵਸ਼ਕਰੀ ਜੀ ਸੁਬੀਰ ਮਹਿਰ ਜੀ ਰਾਜਾ ਸਾਹਿਬ ਮਜਾਰੇ ਵਾਲੀ ਸਰਕਾਰ ਦੇ ਨਾਤੀ ਪੰਜਵੀਂ ਸਰਕਾਰ ਦੇ ਨਾਤੀ ਵੀਰਵਨ ਸ਼ੁਕਰੀਆ ਸੀ ਹੈਲੋ ਹਾਂਜੀ ਬਹੁਤ ਸਰਵੇਤਮਾਈ ਜੀ ਸੰਤਾਨੀ ਸੱਜਣ ਜੀ ਪੀਰਾਂ ਦੇ ਨਾਤੀ ਬੇਅੰਤਮਾਈ ਜੀ ਪੀਰਾਂ ਦੇ ਨਾਤੀ ਹੋਰ ਬੇਅੰਤਮਾਈ ਜੀ ਸ਼ਿੰਦਾ ਠੇਕੇਦਾਰ ਦੇ ਨਾਤੀ ਹੋਰ ਬੇਅੰਤਮਾਈ ਜੀ ਅਜੇ ਵੱਲੋਂ ਹਾਂਜੀ ਹੋਰ ਬੇਅੰਤਮਾਈ ਜੀ ਅਜੇ ਦੇ ਨਾਤੀ ਹਾਂਜੀ ਹੋਰ ਬੇਅੰਤਮਾਈ ਜੀ ਗੁੰਡੂ ਦੁਬਈ ਵਾਲੇ ਦੇ ਨਾਤੀ ਹੋਰ ਬੇਅੰਤਮਾਈ ਜੀ ਪਾਲਾ ਜਲਾਲਪੁਰ ਤੋਂ ਪੀਰਾਂ ਦੇ ਨਾਤੀ ਹੋਰ ਬੇਅੰਤਮਾਈ ਜੀ ਗੋਪੀ ਦੇ ਨਾਤੀ ਬੇਅੰਤਮਾਈ ਜੀ ਮਨੀ ਦੇ ਨਾਤੀ ਹੋਰ ਬੇਅੰਤਮਾਈ ਜੀ ਰਾਜ ਦੇ ਨਾਤੀ ਹੋਰ ਬੇਅੰਤਮਾਈ ਜੀ ਰਾਹੋਵਾਲ ਤੋਂ ਜਿੰਨੇ ਵੀ ਮੁੰਡੇ ਆਏ ਉਹਨਾਂ ਦੇ ਨਾਤੀ ਹਨ ਹੋਰ ਬੇਅੰਤਮਾਈ ਜੀ ਜੱਗੀ ਦਾਨੀ ਤਰਾਜੂ ਦੇ ਨਾਤੀ ਦੂਏ ਵਾਲੇ ਦੇ ਨਾਤੀ ਪੀਰਾਂ ਦੇ ਨਾਤੀ ਹੋਰ ਬੇਅੰਤਮਾਈ ਜੀ ਬੁੱਢਾ ਬੁੱਢਾ ਹਲਵਾਈ ਦੇ ਨਾਤੀ ਹੋਰ ਬੇਅੰਤਮਾਈ ਜੀ ਬਬਲੀ ਦੇ ਨਾਤੀ ਹੋਰ ਬੇਅੰਤਮਾਈ ਜੀ ਹਾਜੀ ਸਾਹਿਬ ਸਰਕਾਰੀ ਨਾਤੀ ਬਹੁਤ ਸਾਰੀ ਬੇਅੰਤਮਾਈ ਜੀ ਸੁਖਬੀਰ ਭੁੱਲਰ ਦੇ ਨਾਤੀ ਬੇਅੰਤਮਾਈ ਜੀ ਸੁਖਬੀਰ ਭੁੱਲਰ ਦੇ ਨਾਤੀ ਬਹੁਤ ਸਾਰੀ ਬੇਅੰਤਮਾਈ ਜੀ ਪੀਰਾਂ ਦੇ ਨਾਤੀ ਹਾਂਜੀ ਸੁਬੀਰ ਮਹਿਰ ਜੀ ਸਾਡੇ ਵੀਰ ਜੀ ਵੱਲੋਂ ਸਪੈਸ਼ਲੀ ਸੁਬੀਰ ਮਹਿਰ ਜੀ ਸਪੈਸ਼ਲੀ ਸ਼ੱਭੂ ਗੋਲਡੀ ਐਂਡ ਗੌਰਵ ਦੀ ਨਾਤੀ ਸਾਡੇ ਗਿਆਨੀ ਜੀ ਵੱਲੋਂ ਸ਼ੱਭੂ ਗੋਲਡੀ ਐਂਡ ਗੌਰਵ ਦੀ ਨਾਤੀ ਮੀਰਵਨ ਸ਼ਬੀਰ ਜੀ ਸੁਬੀਰ ਮਹਿਰ ਜੀ ਸਾਡੇ ਕੈਬ ਮਾਸਟਰ ਵੱਲੋਂ ਕੈਬ ਮਾਸਟਰ ਵੱਲੋਂ ਬਾਬਾ ਜੀ ਦੀ ਨਾਤੀ ਸੱਚੀਆਂ ਸਰਕਾਰ ਦੀ ਨਾਤੀ ਮੀਰਵਨ ਸ਼ਬੀਰ ਜੀ ਕਹਿੰਦੇ ਸ਼ੇਰ ਸੁਣਾ ਦਿਓ ਹਾਂਜੀ ਲੈ ਜੀ ਚਿੱਤਰਾ ਸੁਣਨਾ ਮਿਸ ਪੂਜਾ ਬੰਗਾਲ ਨੇਪਾਲ ਸੋਰੀ
Oh,
ਹਾਂਜੀ ਤਾੜ ਕਰਦਾ ਦੋ ਜਿੱਤ ਮੇਰੀ ਜਗਨ ਸਾਹਿਬ ਦਾ ਮੈਂ ਤੁਸ਼ਾਂ ਸਮਨਾ ਤੂੰ ਮੇਰੇ ਖਵਾਜਾ ਬਾਰਾ ਜੀ ਜੀ ਹੁੰਦੀ ਨਾਟੀ ਮੀਰਵੰਸ਼ਪੀ ਜੀ ਸੁਬੀਰ ਮਹਿਮੋਲ ਜੀ ਜੀ ਨੇ ਮੈਂ ਬਿਮਾਰ ਪਰਤੋ ਆਏ ਨੇ ਜੀ ਬਾਬਾ ਜੀ ਦੇ ਨਾਟੀ ਮੀਰਵੰਸ਼ਪੀ ਜੀ ਸੁਬੀਰ ਮਹਿਮੋਲ ਜੀ ਰਾਜਸਥਾਨ ਮਜਾਰੀ ਵਾਲੀ ਸਰਕਾਰ ਦੇ ਨਾਟੀ ਰਾਜਸਥਾਨ ਮਜਾਰੀ ਵਾਲੀ ਸਰਕਾਰ ਦੇ ਨਾਟੀ ਸੁਬੀਰ ਮਹਿਮੋਲ ਜੀ ਜਿੰਦ ਪਾਲਟੇ ਵਾਲ ਦੇ ਨਾਟੀ ਜਿੰਦ ਪਾਲਟੇ ਵਾਲ ਦੇ ਨਾਟੀ ਸਰ ਕੈਪ ਮਾਸਟਰ ਜੀ ਜੀਤ ਜੀ ਪਾਲਟੇ ਵਾਲ ਦੇ ਨਾਟੀ ਦੇ ਉਦਿਆਲ ਫ੍ਰੈਂਡਸ ਦੇ ਨਾਟੀ ਸੁਬੀਰ ਮਹਿਮੋਲ ਜੀ ਸਾਡੇ ਪ੍ਰਵੀਨ ਵਾਲ ਦੇ ਪਰਿਵਾਰ ਵੱਲੋਂ ਬਾਬਾ ਜੀ ਦੇ ਨਾਟੀ ਸੱਚੀਆਂ ਸਰਕਾਰ ਦੇ ਨਾਟੀ ਮੀਰਵੰਸ਼ਪੀ ਜੀ ਜਿੰਨੇ ਵੀ ਮੁੰਡੇ ਗੜੀ ਤੋਂ ਆਏ ਨੇ ਜੀ ਸਪੈਸ਼ਲੀ ਸੜਵੀਰ ਜੀ ਜਿੰਨੇ ਵੀ ਮੁੰਡੇ ਗੜੀ ਤੋਂ ਆਏ ਨੇ ਜੀ ਰਾਜਾ ਸਾਹਿਬ ਜਾਣ ਵਾਲੀ ਸਰਕਾਰ ਦੇ ਨਾਤੀ ਅਤੇ ਗੜੀ ਵਾਲੇ ਦੇ ਨਾਤੀ ਗੜੀ ਵਾਲੀ ਬੇਲਣਾ ਦੇ ਨਾਤੀ ਮੀਰਵੰਸ਼ਪੀ ਜੀ ਸੁਬੀਰ ਮਹਿਮੋਲ ਜੀ ਅੱਜ ਦੇ ਨਾਤੀ ਅੱਜ ਦੇ ਨਾਤੀ ਅਤੇ ਬੋਬੀ ਦੇ ਨਾਤੀ ਮੀਰਵੰਸ਼ਪੀ ਜੀ ਸੁਬੀਰ ਮਹਿਮੋਲ ਜੀ ਸਨੀ ਸੁਲਤਾਨਪੁਰੀ ਦੇ ਨਾਤੀ ਫਰੋਮ ਸੁਲਤਾਨਪੁਰੀ ਦੇ ਨਾਤੀ ਮੀਰਵੰਸ਼ਪੀ ਜੀ ਸੁਬੀਰ ਮਹਿਮੋਲ ਜੀ ਮਾਨ ਸਾਹਿਬ ਦੇ ਨਾਤੀ ਮਾਨ ਸਾਹਿਬ ਦੇ ਨਾਤੀ ਮੀਰਵੰਸ਼ਪੀ ਜੀ ਸੁਬੀਰ ਮਹਿਮੋਲ ਜੀ ਬੁੱਗੀ ਜੀ ਠੇਕੇਦਾਰ ਦੇ ਨਾਤੀ ਸੁਬੀਰ ਮਹਿਮੋਲ ਜੀ ਸੱਚੀ ਸਰਕਾਰ ਦੇ ਨਾਤੀ ਮੀਰਵੰਸ਼ਪੀ ਜੀ ਸੁਬੀਰ ਮਹਿਮੋਲ ਜੀ ਸਾਡੇ ਵੀਰ ਜੀ ਵੱਲੋਂ ਸੱਚੀ ਸਰਕਾਰ ਸੁਬੀਰ ਮਹਿਮੋਲ ਜੀ ਮਨੀ ਜੀ ਟੋਪੀ ਟੋਪੀਆਂ ਵਾਲੇ ਦੇ ਨਾਤੀ ਮਨੀ ਟੋਪੀ ਵਾਲੇ ਦੇ ਨਾਤੀ ਸੁਬੀਰ ਮਹਿਮੋਲ ਜੀ ਸੁੱਖੀ ਜੀ ਦੇ ਨਾਤੀ ਸਾਡੇ ਵੀਰ ਜੀ ਸੁੱਖੀ ਜੀ ਦੇ ਨਾਤੀ ਅਤੇ ਅਮਨ ਜੀ ਬਿਜਲੀ ਵਾਲੇ ਦੇ ਨਾਤੀ ਸਪੈਸ਼ਲੀ ਅਮਨ ਜੀ ਬਿਜਲੀ ਵਾਲੇ ਦੇ ਨਾਤੀ ਮੀਰਵੰਸ਼ਪੀ ਜੀ ਸੁਬੀਰ ਮਹਿਮੋਲ ਜੀ ਮਨੀ ਜੀ ਬੱਕਰੀਆਂ ਵਾਲੇ ਦੇ ਨਾਤੇ ਸਾਡੇ ਮਨੀ ਵੀਰ ਜੀ ਹੁੰਦੇ ਬੱਕਰੀਆਂ ਵਾਲੇ ਦੇ ਨਾਤੀ ਮੀਰਵੰਸ਼ਪੀ ਜੀ ਸੁਬੀਰ ਮਹਿਮੋਲ ਜੀ ਅਮਨ ਜੀ ਬਿਜਲੀ ਵਾਲੇ ਦੇ ਨਾਤੇ ਮੀਰਵੰਸ਼ਪੀ ਜੀ ਸੁਬੀਰ ਮਹਿਮੋਲ ਜੀ ਸੁੱਖੀ ਜੀ ਨਾਤੇ ਸੁੱਖੀ ਦੁਬਈ ਵਾਲੇ ਦੇ ਨਾਤੇ ਮੀਰਵੰਸ਼ਪੀ ਜੀ ਸੁਬੀਰ ਮਹਿਮੋਲ ਜੀ ਬੰਟੀ ਜੀ ਦੇ ਨਾਤੇ ਬੰਟੀ ਜੀ ਦੇ ਨਾਤੇ ਬਾਬਾ ਜੀ ਦੇ ਨਾਤੇ ਸੱਚੀਆਂ ਸਰਕਾਰ ਦੇ ਨਾਤੇ ਸੁਬੀਰ ਮਹਿਮੋਲ ਜੀ ਸਾਡੇ ਵੀਰ ਜੀ ਵੱਲੋਂ ਜਿੰਨੇ ਵੀ ਮੁੰਡੇ ਗੜੀ ਤੋਂ ਆਏ ਨੇ ਜੀ ਬਾਬਾ ਜੀ ਦੇ ਨਾਤੇ ਪੰਜ ਵੀ ਸਰਕਾਰ ਦੇ ਨਾਤੇ ਮੀਰਵੇ ਸਰਕਾਰ ਦੇ ਨਾਤੇ ਮੀਰਵੰਸ਼ ਸ਼ੁਕਰੀਆ ਜੀ
ਚਲੋ ਜੀ ਚੱਕਰ ਹਾਰ, ਉਸ ਤੋਂ ਬਾਅਦ ਨਕਲ ਨਕਲ ਲਿਖਾ ਦਾਂਗੇ ਤੁਹਾਨੂੰ ਇੱਕ ਚਿੱਤਰ ਹਾਰ ਤੋਂ ਬਾਅਦ ਤੁਹਾਡੇ ਸਿਰਾਂ ਵਿੱਚ ਲੈਣਾ ਜਨਕ। ਹਾਂਜੀ 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 ਨਕਲ ਲਾਵਾਂਗੇ ਜੀ ਜ਼ਰੂਰ। ਹਾਂਜੀ ਲਾਓ ਲਾਓ ਇੱਕ ਚਿੱਤਰ ਹਾਰ, ਉਸ ਤੋਂ ਬਾਅਦ ਨਕਲ। ਸਾਡੇ ਪ੍ਰਬੰਧਕ ਵੀਰਾਂ ਦਾ ਹੁਕਮ ਆ ਕੇ ਨਕਲ ਸੁਣਾਈ ਜਾਵੇ। ਹੁਕਮ ਸਿਰ ਮੱਥੇ ਜੀ। ਹਾਂਜੀ ਮੈਡਮ ਜਨਕ ਕੀਰਤਪੁਰ ਸਾਹਿਬ ਚਿੱਤਰ ਹਾਰ ਸਿਰ ਹਾਰ ਤੁਹਾਡੀ ਸੇਵਾ ਵਿੱਚ ਜਨ ਤੇ ਨਾਲ ਉਹਨਾਂ ਦਾ ਸਾਥ ਦੇ ਰਹੇ ਨੇ ਮੇਸ ਪ੍ਰੀਤ ਲਾਜ। ਬਹੁਤ ਹੀ ਵਧੀਆ ਹੈ ਕਹਿੰਦਾ ਪੈ ਗਈਆ ਕਤਰੇ
ਬਾਬਾ ਰੋਸ਼ਨ ਸਾਜੀ ਦੇ ਨਾਤੇ, ਬੇਅੰਤ ਮਾਈ ਜੀ ਬਾਬਾ ਰੋਸ਼ਨ ਸਾਜੀ ਦੇ ਨਾਤੇ, ਹਾਂਜੀ ਹੋਰ ਬੇਅੰਤ ਮਾਈ ਜੀ ਪ੍ਰੀਤ ਅਲੀ ਦੇ ਨਾਤੇ, ਹੋਰ ਬੇਅੰਤ ਮਾਈ ਜੀ ਭੀਮਾ ਦੇ ਨਾ ਭੀਮਾ ਠੇਕੇਦਾਰ ਦੇ ਨਾਤੇ, ਹੋਰ ਬੇਅੰਤ ਮਾਈ ਜੀ ਆਕਾਸ਼ ਸਿੱਧੂ ਦੇ ਨਾਤੇ, ਹੋਰ ਬੇਅੰਤ ਮਾਈ ਜੀ ਲਾਡੋ ਦੇ ਨਾਤੇ, ਹੋਰ ਬੇਅੰਤ ਮਾਈ ਜੀ ਗਗਨ ਦੇ ਨਾਤੇ, ਬਹੁਤ ਸਾਰੇ ਬੇਅੰਤ ਮਾਈ ਜੀ ਪ੍ਰੀਤ ਜਵਾਲਾ ਦੇ ਨਾਤੇ, ਹੋਰ ਬੇਅੰਤ ਮਾਈ ਜੀ ਪੀਰਾਂ ਦੇ ਨਾਤੇ, ਸਾਡੇ ਪਾਰਟੀ ਦੇ ਨਾਤੇ ਹੋ ਸਾਰੀਆਂ ਸੰਗਤਾਂ ਦਾ ਪ੍ਰਬੰਧ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਕਿਉਂਕਿ ਇਹੋ ਜਿਹੇ ਮੌਕੇ ਭਾਸ਼ਾ ਨਾਲ ਪ੍ਰਾਪਤ ਹੁੰਦੇ ਨੇ, ਕਹਿੰਦੇ ਘੜੀ ਘੜੀ ਵਿੱਚ ਲੱਖਾਂ ਦਾ ਫਰਕ ਹੁੰਦਾ, ਹੁੰਦੀਆਂ ਜੱਗ ਤੇ ਦੇਸ਼ ਮਾਰ ਘੜੀਆਂ, ਕਿਉਂਕਿ ਘੜੀ ਦੇ ਟਾਈਮ ਦਾ ਪਤਾ ਦੇ ਰਹੇ ਪਾਸ ਕੀ ਗੱਲ ਵਾ ਫੁਕਰੀਆਂ। ਦੇਖੀ ਮੇਰਾ ਵੀਰਾ ਕਾਰ ਛੱਡ ਦੇ ਤੇ ਅਸੀਂ ਫੜਨਾ ਫੁਕਰੀਏ ਮਰ ਚੜੇ ਫੁਕਰੀ ਕੀ ਗੱਲ ਤੈਨੂੰ ਤਾਂ ਪਤਾ ਹੀ ਆ ਕੀ ਪਤਾ ਆ ਜਦ ਮੈਂ ਬਾਹਰ ਗਿਆ ਬਾਹਰ ਹਾਂ ਜਦ ਮੈਂ ਬਾਹਰ ਗਿਆ ਹਾਂ ਜਿਹੜੀ ਕੰਪਨੀ ਚ ਗਿਆ ਹਾਂ ਕਿਹੜੀ ਕੰਪਨੀ ਚ ਗਿਆ ਸੀ ਜਿਹੜੀ ਕੰਪਨੀ ਚ ਗਿਆ ਹਾਂ ਉਹ ਕੰਪਨੀ ਹੋ ਗਈ ਫੇਲ ਅੱਛਾ ਨਾ ਮੈਂ ਨਕਲਾਂ ਦੇ ਉੱਡਾ ਰਿਹਾ ਫਿਰ ਨਾ ਮੈਂ ਬਾਹਰ ਜੋਗਾ ਫਿਰ ਮੈਂ ਸਕੀਮ ਬਣਾਈ ਦੀ ਮੈਂ ਕਿਹਾ ਘਰਦਿਆਂ ਦੇ ਜਿਹੜੇ ਪੈਸੇ ਲਾਏ ਇੰਨੇ ਸੱਚੀ ਗੱਲ ਉਹ ਤਾਂ ਲਾਣੇ ਹੀ ਪੈਣੇ ਆ ਹਾਂ ਮਰ ਜਾਣੇ ਲਾਣੇ ਹੀ ਪੈਣੇ ਫਿਰ ਮੈਂ ਸਕੀਮ ਬਣਾਈ ਵੀ ਕਿਹੜੀ ਮੈਂ ਸ਼ੇਰ ਲਿਖਣ ਲੱਗ ਪਿਆ ਅੱਛਾ ਧਾਰਮਿਕ ਸ਼ੇਰ ਲਿਖੇ ਫਿਰ ਪਿਆਰ ਵਾਲੇ ਲਿਖੇ ਫਿਰ ਤਕਰਾਰ ਵਾਲੇ ਲਿਖੇ ਭੱਜਣ ਭਜਾਉਣ ਵਾਲੇ ਲਿਖੇ ਪਜਾਣ ਵਾਲਾ ਚਿਮਟਾ ਨਾ ਹੁੰਦਾ ਤੇ ਖੰਜਰੀ ਨਾ ਹੁੰਦੀ ਮੈਂ ਮਰ ਜਾਣੀ ਗੁਲਾਲ ਵਾਲਾ ਚਿਮਟਾ ਨਾ ਹੁੰਦਾ ਤੇ ਖੰਜਰੀ ਨਾ ਹੁੰਦੀ ਪਜਾਣ ਵਾਲਾ ਚਿਮਟਾ ਨਾ ਹੁੰਦਾ ਤੇ ਖੰਜਰੀ ਨਾ ਹੁੰਦੀ ਪਜਾਣ ਵਾਲਾ ਚਿਮਟਾ ਨਾ ਹੁੰਦਾ ਤਾਂ ਖੰਜਰੀ ਨਾ ਹੁੰਦੀ ਜੰਨਤ ਜੀ ਹਾਂਜੀ ਮੈਂ ਨਕਲੀਆਂ ਨੀ ਸੀ ਹੋਣਾ ਕਾਤੋਂ ਜੇ ਤੁਹਾਡੀ ਮਾਂ ਖੰਜਰੀ ਨਾ ਹੁੰਦੀ ਏਡਾ ਕੀਤਾ ਜਿੱਦਾਂ ਲੜ ਕੇ ਆਈ ਹੁੰਦੀ ਆ ਸਾਡੇ ਨਾਲ ਤਾਂ ਹੱਥ ਨਾਲ ਘਰ ਜਾ ਕੇ ਲੜੀ ਜਾਣੀ ਹੈ ਨਾ ਬਈ ਕੋਈ ਨਾ ਕੋਈ ਨਾ ਬੁੱਧ ਦਿੰਦੀ ਆ ਮੰਮੀ ਗੁੱਗੂ ਵਾਲੇ ਮੰਮੀ ਵਿਹਲੀ ਨੀ ਹੋਈ ਕੁੜੀਏ ਇਹਦਾ ਸ਼ੇਰ ਲੱਗਾ ਬਣ ਸੱਚੀ ਦਾ ਸ਼ੇਰ ਬਣਾ ਬੜੀ ਬਹੁਤ ਦੁਖੀ ਹੈ ਅਮੀਰ ਹੋਵੇ ਇੱਕ ਗਰੀਬ ਹੋਵੇ ਦੇਖੇ ਜੀ ਇੱਕ ਗਰੀਬ ਹੋਵੇ ਤੇ ਇੱਕ ਅਮੀਰ ਹੋਵੇ ਇੱਕ ਅਮੀਰ ਹੋਵੇ ਇੱਕ ਗਰੀਬ ਹੋਵੇ ਇੱਕ ਅਮੀਰ ਹੋਵੇ ਤੇ ਇੱਕ ਗਰੀਬ ਹੋਵੇ ਮੈਂ ਬਹੁਤ ਤੰਦਰੁਸਤ ਰਵਾਂ ਸੱਚੀ ਗੱਲ ਆ ਕੁੜੀ ਨੂੰ ਬਵਾਸੀਰ ਹੋਵੇ ਮੈਂ ਮਰ ਜਾਣਿਆ ਉਹ ਇੰਨੀ ਸੋਹਣੀ ਸਾਡੀ ਗੋੜੀ ਆ ਮਰ ਜਾਣੇ ਤੰਦਰੁਸਤ ਗੋੜੀ ਤੋਂ ਬਾਬਾ ਸਿਰ ਕਰਾਉਂਦਾ ਫਿਰਦਾ ਸਵੇਰ ਨੂੰ ਰਾਹੋਂ ਅੱਡੇ ਜਲਾਲੀ ਨੀਲੀ ਦਵਾ ਲੈ ਕੇ ਫਿਰ
ਪਿੱਪਲ ਦਾ ਪੱਤਾ ਤੋੜ ਕੇ ਪਤੰਗ ਬਣਾਵਾਂਗੇ ਜੀ, ਪਿੱਪਲ ਦਾ ਪੱਤਾ ਤੋੜ ਕੇ ਪਤੰਗ ਬਣਾਵਾਂਗੀ, ਪਿੱਪਲ ਦਾ ਪੱਤਾ ਤੋੜ ਕੇ ਪਤੰਗ ਬਣਾਵਾਂਗੇ ਜੀ, ਪਿੱਪਲ ਦਾ ਪੱਤਾ ਤੋੜ ਕੇ ਪਤੰਗ ਬਣਾਵਾਂਗੀ, ਤੇਰੀ ਬੁੜੀ ਨੂੰ ਵੇਚ ਕੇ ਅਸੀਂ ਨਵੇਂ ਸ਼ਹਿਰ ਹਲਵਾਣਾ ਖਾਵਾਂਗੇ, ਮੇਰੀ ਬੁੜੀ ਨੂੰ ਵੇਚ ਕੇ ਹਲਵਾਣਾ ਖਾਣਾ ਹੈ, ਹੋਰ ਸੁਣਾਵਾ ਹੋਰ, ਹਾਂ ਤੇ ਹਲਵਾਣੇ ਵਾਂਗੂ ਪਾੜਿਆ ਦਿਲ ਮੇਰਾ, ਹਦਵਾਣੇ ਵਾਂਗੂ ਪਾੜਿਆ ਦਿਲ ਮੇਰਾ, ਮੇਕੇ ਜੀ ਹਦਵਾਣੇ ਵਾਂਗੂ ਪਾੜਿਆ ਦਿਲ ਮੇਰਾ, ਤਰ ਵਾਂਗੂ ਦਿੱਤਾ ਹੈ ਚੀਰ ਸਾਨੂੰ, ਮੇਕੇ ਜੀ ਤਰ ਵਾਂਗੂ ਦਿੱਤਾ ਹੈ ਚੀਰ ਸਾਨੂੰ, ਹਾਏ ਜਗਤ ਜੀ ਹਾਂਜੀ ਕਿੱਥੇ ਦੇ ਤੁਸੀਂ ਮਿਲੇ ਨੀ, ਅੱਛਾ ਹੋ ਗਈ ਹੈ ਬਾਬਾ ਸੀਰ ਮੈਨੂੰ, ਕਿਤੇ ਜਾ ਕੇ ਆਪਰੇਸ਼ਨ ਕਰਵਾ, ਦਵਾਈ ਲੈ ਲਈ ਸੀ, ਮਰ ਜਾਣੇ ਚਾਹੁੰਦਾ ਫਿਰਦਾ ਹੈ ਤੂੰ, ਆਪਰੇਸ਼ਨ ਤੇ ਮੈਂ ਤਾਂ ਹਰਾਮ ਕੇ ਕਿਤੇ ਬਾਹਰ ਤੇ ਡੋਲ ਦਿੱਤੇ ਹਨ, ਹੋਰ ਸੁਣਦਾ ਹੋਰ, ਹਾਂ ਕਿਹੜੀ ਗੱਲ, ਕਹਿ ਇੱਕ ਦਾਤੀ ਹੋਵੇ ਕਰੰਬਾ ਹੋਵੇ, ਸਿਰ ਤੇ ਵਾਲ ਹੋਣ, ਇੱਕ ਸਾਲਾ ਗੰਜਾਈ ਹੋਵੇ, ਹੋਰ ਸੁਣਾਵਾ ਹੋਰ ਸੁਣਾਓ ਜੀ, ਕੁੜੀਏ ਇਹ ਮੇਰੀ ਗੱਲ ਸੁਣੋ, ਤੂੰ ਕਿਹਨੂੰ ਲੱਭਦੀ ਆ ਫਿਰ ਇਹ ਦੱਸੋ, ਬਿਮਾਰ ਜਾਣੀਆਂ ਮੈਂ ਸਵੇਰ ਦਾ ਦੇਖਦਾ ਤੂੰ ਕਿਹਨੂੰ ਲੱਭਦੀ ਆ, ਬਿਮਾਰ ਜਾਣੇ ਤੇ ਸਾਨੂੰ ਪਛਾਣਿਆ ਨੀ, ਨਾ 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 ਮੈਂ ਨੀ ਪਛਾਣੀ ਆ, ਕੌਣ ਆ ਕਿੱਦਾਂ, ਬਿਮਾਰ ਜਾਣੇ ਤੇ ਸਾਨੂੰ ਨੀ ਪਛਾਣਿਆ, ਬਿਮਾਰ ਜਾਣੇ ਅਸੀਂ ਹਰਸ਼ਾ ਤੋਂ ਫਰਸ਼ਾ ਤੇ ਆ ਕੇ ਸਾਨੂੰ ਹਜ਼ੂਰ ਦੀਆਂ ਮਾਲਣਾ ਕਹਿੰਦੇ ਨੇ ਕਿ ਅਸੀਂ ਬਾਬੇ ਦੇ ਡਰਦੀਆਂ ਕੁੱਤੀਆਂ ਆ, ਅੱਛਾ ਹਾਜੀ ਸਾਹਿਬ ਤੇ ਡਰਦੀਆਂ ਕੁੱਤੀਆਂ, ਇਹ ਕੀਰਾ 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 ਨਿੱਕੀ ਜਿਹੀ ਵੀ ਕੁੱਤੀ ਆ, ਜਿਹੜੇ ਕੁੱਤੀ ਆ ਉਹ ਆ ਕੁੱਤੀ ਆ, ਇਹ ਵੀ ਕੁੱਤੀ ਆ ਤੇ ਆ ਵੀ ਕੁੱਤੀ ਆ, ਆਹ ਤਾਂ ਕੁੱਤੀ ਤੁਹਾਡੀ ਸ਼ਿਕਾਰੀ ਲੱਗਦੀ ਆ, ਬਿਮਾਰ ਜਾਣੇ ਸਾਡੀ ਕੁੱਤੀ ਆ, ਕਿਆ ਹੋ ਗਿਆ ਬਾਹਰ ਨੂੰ ਬੜੇ ਦੌੜੇ ਆ, ਹੈਂ